ਇਹ ਬੱਕਰੀ ਦਾ ਸੌਦਾ ਹੋਇਆ ਜੀ, ਹੁਣ ਅਸੀਂ ਜਾਂਦੇ ਪਏ ਜੀ। ਆਹ ਵੇਖੋ, ਆਹ ਵੇਖੋ, ਵਾੜੇ ਦਾ ਬੂਹਾ ਬੰਦ ਕਰਤਾ, ਬੱਕਰੀ ਦਾ ਸੌਦਾ ਕਰਨ ਅਸੀਂ ਹੁਣ ਚੱਲੇ। ਬੱਕਰੀ ਦਾ ਸੌਦਾ ਹੋਇਆ, ਵਪਾਰੀ ਵੀ ਆਏ ਬੈਠੇ। ਇਹ ਬੱਕਰੀ ਆ ਨੇ ਜੀ, ਇਸ ਬੱਕਰੀ ਇਹ ਭਾਈ ਖਰੀਦਣ ਆਏ ਜੀ, ਅੱਲਾ ਕਰੇ ਸੌਦਾ ਹੋ ਜਾਵੇ। ਬੱਕਰੀ ਮਾਸ਼ਾਅੱਲਾ ਬੜੀ ਵੱਡੀ ਬੱਕਰੀ ਹੈ, ਤੇ ਵੇਖੋ ਹੁਣ ਇਹਦਾ ਸੌਦਾ ਹੁੰਦਾ ਕਿ ਨਹੀਂ ਹੁੰਦਾ। ਇਹਦਾ ਮਾਲਕ ਕਿਹੜਾ ਹੈਗਾ ਜੀ? ਮਨਜ਼ੂਰ ਮਨਜ਼ੂਰ ਕਿਤੇ ਆ ਬੈਠਾ, ਚੱਲ ਬਈ ਮਨਜ਼ੂਰ ਮਨਜ਼ੂਰ ਦਾ। ਆ ਵੇਖੋ ਜੀ, ਸੌਦਾ ਹੋਊਗਾ। ਇਹ ਸਾਰੇ ਅਜਾਲੀ ਹਜ਼ਰਾਤ ਵੀ ਸਾਰੇ ਇਕੱਠੇ ਹੋਏ ਖੜੇ, ਇਹ ਭਾਈ ਖਰੀਦਣ ਆਏ ਹੈਗੇ, ਇਹ ਮਾਲਕ ਹੈਗਾ ਜੀ। ਇਹ ਅਜਾਲੀ ਹਜ਼ਰਾਤ ਸਾਰੇ ਖੜੇ ਹੋਏ ਜੀ, ਵੇਖੋ ਅੱਜ ਕੀ ਬਣਦਾ ਹੈਗਾ, ਸੌਦਾ ਹੁੰਦਾ ਕਿ ਨਹੀਂ ਹੁੰਦਾ ਹੈਗਾ। ਹਾਂਜੀ ਭਾਈ ਮਨਜ਼ੂਰ, ਕੀ ਇਹਦੀ ਡਿਮਾਂਡ ਕੀ ਕਰਦੇ ਪਏ ਨੇ, ਕੀ ਮੁੱਲ ਕਰਦੇ ਪਏ? ਡੇਢ ਲੱਖ ਰੁਪਇਆ। ਇਹ ਭਾਈ, ਇਹ ਭਾਈ ਖਰੀਦਣ ਆਏ ਖੜੇ ਨੇ ਜੀ। ਹਾਂਜੀ ਬੱਕਰੀ ਵੇਖ ਲਓ, ਤਸੱਲੀ ਕਰ ਲਓ ਬੱਕਰੀ ਮੇਰੇ ਵੇਖਣ ਇਹ ਤਾਂ ਚੰਗੀ, ਤੁਸੀਂ ਆਦੀ ਤਸੱਲੀ ਕਰਨੀ। ਇਹਦੇ ਭਾਈ ਮਨਜ਼ੂਰ ਬੱਚੇ ਬੁੱਚੇ ਵੀ ਹਨ ਕਿ ਬਸ ਇਵੇਂ ਵੇਚਣੀ ਨੇ? ਨਹੀਂ ਨਹੀਂ, ਬੱਚੇ ਵੀ ਦੋ ਹਨ। ਦੋ ਬੱਚੇ ਵੀ ਹਨ? ਹਾਂਜੀ। ਅੱਛਾ, ਬੱਚੇ ਨਾਗਰੇ ਨੇ ਕਿ ਨਾਗਰੇ ਹਨ? ਗਿੱਲ ਪਤਰੀ ਹੈਗੀ ਹੈ, ਦੋਵੇਂ ਨਾਗਰੇ ਹਨ। ਹਾਂਜੀ, ਕਿੰਨੇ ਪੈਸੇ ਦਿੰਦੇ ਹੁਣ ਦੱਸੋ ਜੀ? ਡੇਢ ਲੱਖ ਰੁਪਇਆ। ਡੇਢ ਲੱਖ ਰੁਪਇਆ ਕੀ ਫਾਲ? ਵੇਖ ਲੈ ਯਾਰ, ਤੂੰ ਮੋਲ ਖਰੀਦਣੀ ਹੈ, ਤੂੰ ਕੋਈ ਅੱਲਾ ਵਾਸਤੇ ਲੈਣੀ, ਤੂੰ ਆ ਤਸੱਲੀ ਕਰ ਲਿਆ ਗਾ। ਦੋ ਬੱਚੇ ਵੀ ਦੱਸਦਾ ਪਿਆ, ਕੀ ਹੈਗਾ? ਬੱਕਰਾ ਹੈ ਕਿ ਪਾਠ ਪਠੋਰਾ ਹੈ ਜੀ ਥੱਲੇ ਇਹਦੇ? ਮਾਸ਼ਾਅੱਲਾ ਜੀ, ਆਹ ਵੇਖ ਲਓ ਛੱਡਾ ਵੀ, ਤੁਸੀਂ ਵੇਖ ਲਓ। ਤੂੰ ਆਦਮੀ ਹੈ, ਤਸੱਲੀ ਕਰ ਲੈ, ਤੂੰ ਪੈਸੇ ਭਰਨੇ ਨੇ। ਮਾਸ਼ਾਅੱਲਾ ਬੱਕਰੀ ਸਾਰੀ ਚੰਗੀ ਹੈ, ਤੂੰ ਲਵੇਂ ਤੇ ਭਾਵੇਂ ਨਾ ਲਵੇਂ, ਲੇਕਿਨ ਬੱਕਰੀ ਮੇਰੇ ਤੇ ਪਸੰਦ ਆਈ ਹੈ। ਬੱਕਰੀ ਦਾ ਮੂੰਹ ਵੀ ਸੋਹਣਾ, ਲਾਪਰ ਵੀ ਚੰਗੇ ਸੂ, ਥੱਲੋ ਵੀ ਮਾਸ਼ਾਅੱਲਾ ਜਿਵੇਂ ਉੱਤੋਂ ਹੈ ਉਵੇਂ ਥੱਲੋ ਹੈਗੀ, ਚੰਗੀ ਬੱਕਰੀ ਹੈਗੀ। ਹੁਣ ਇਹਦਾ ਰੇਟ ਤੂੰ ਦੱਸਣਾ, ਉਹਨੇ ਡੇਢ ਲੱਖ ਰੁਪਇਆ ਮੰਗਿਆ ਹੈਗਾ, ਤੂੰ ਆਪਦੇ ਹਿਸਾਬ ਨਾਲ ਇਹਦਾ ਮੁੱਲ ਲਾਉਣਾ ਹੈਗਾ। ਇੱਕ ਵੀਹ ਦੀ ਤਾਂ ਕੋਈ ਨਹੀਂ ਦੇਣੀ ਹੈਗੀ, ਮੁੱਲ ਪੱਕਾ ਕੋਈ ਲਾਸ ਹੈ ਤਾਂ ਤਾਂ ਜਾਂ ਤਾਂ ਡਿਸ ਹੈਗੀ। ਨਹੀਂ ਮਾਲਕ ਨੇ ਹੁਣ ਆਖਣਾ ਹੈਗਾ ਪੱਕਾ ਰੇਟ ਦੱਸ ਬਈ, ਪੱਕਾ ਰੇਟ ਕੋਈ ਗੱਲ ਕਰਨੀ ਹੈ। ਹਾਂਜੀ, ਇੱਕ ਪੰਤਾਲੀ ਬਾਬਾ ਤੂੰ ਕਲਰ ਕਰ ਲਿਆ, ਤੂੰ ਮੇਰਾ ਪੈਤੀ ਹੈਗਾ, ਉਹ ਦਾੜੀ ਬਣ ਕਰ ਹੀ ਹੈਗਾ। ਅੱਜ ਚੱਬ ਤੱਕ ਆਇਆ ਤੂੰ, ਮਸੀਹ ਦਾ ਮੌਲੀ ਬਣਾ ਹੋਤਾ ਹੈ। ਬੋਝ ਖੋਲ ਲੈ ਯਾਰ, ਬੋਝ ਖੋਲ ਲੈਣਾ। ਹਾਂਜੀ, ਕਿੰਨੇ ਪੈਸੇ ਜੀ? ਡੇਢ। ਹਾਂਜੀ ਡੇਢ, ਡੇਢ ਲੱਖ ਰੁਪਇਆ। ਹਾਂਜੀ, 35,000? ਨਹੀਂ, 1,35? ਨਹੀਂ, ਬਾਬਾ ਤੇਰੀ ਸਮਝ ਚਾਹੁੰਦੀ ਹੈ, ਮੇਰੀ ਸਮਝ 40 ਦੀ। 1,40 ਦੀ ਸੌਦਾ ਤਾਂ ਮੁੜ ਹੋਇਆ ਖਲਾ, ਨੇੜੇ ਨੇੜੇ ਨੇ ਬਾਬਾ। ਠੀਕ ਹੈ, ਇਹ ਜੀ ਬਜ਼ੁਰਗ ਹੈ ਜੀ ਮੇਰੇ, ਅਸੀਂ ਤਾਂ ਮੈਂ ਭਾਈ ਵਾਲ ਹੈ ਜੀ। ਅੱਛਾ ਠੀਕ ਹੈ ਨਾ, ਆ ਵੀ ਹੋਰ ਨਾ ਵੇਖ ਲੈ ਬੱਕਰੀ, ਤਸੱਲੀ ਕਰ ਲਓ, ਚੈੱਕ ਕਰ ਲਓ ਹੁਣ। ਹਾਂ ਜੱਟ ਨੂੰ ਮੁੜ ਤੁਸੀਂ ਆਖਿਆ ਆਇਆ ਜੀ, ਆਏ ਬੱਕਰੀ ਮੇਰੇ ਵੇਖਣੇ ਤਾਂ ਬੜੀ ਚੰਗੀ ਹੈਗੀ, ਆ ਤਸੱਲੀ ਕਰ ਲਓ ਹੁਣ। ਹਾਂਜੀ ਮਾਲਕ ਨੂੰ ਪੁੱਛ ਲੈਨੇ। ਹਾਂਜੀ ਮਾਲਕ ਨੂੰ ਚਾਲੀ ਜਾਊਗੀ ਜੀ।